सब्सक्राइब कीजिए हमारे बिगहाट इंडिया चैनल को और घंटी के आइकन को दबाकर सबसे पहले कृषि संबंधी वीडियो को देखें। सत श्री अकाल दोस्तों, मैं बलकरण सिंह संधु, सहायक प्रोफेसर फसल विज्ञान कृषि विज्ञान केंद्र मुक्तसर। अज मैं थोनू नरमे की फसल के नाल कुछ काश के नुकते साझे करूँगा। जिस तरह हूँ पिछले कुछ समय तो किसान भरावां दे बहुत फोन आ रहे हैं, तो नरमे की फसल के थ्रिप का हमला ज़्यादा सी। थ्रिप के हमले नाल की है भी पत्ता थोड़ा जिहा तां जिहनूं चक्किया जांदा, तो खासकर जिथे ये जिहड़े जिला श्री मुक्तसर साहब ते जां जिहड़े फाजिलका डिस्ट्रिक्ट है उत्थे थोड़ी जी खुशकी रही है, बरसातां घट हुईआं, उत्थे थ्रिप का हमला बहुत ज़्यादा होया। तो एक तो जे इहदा जिहड़ा हमला है किसान भरावां ने जे किसी ने यह खुशकी का एक कीड़ा जेकर पानी अपनी फसल नूं लाता है ਤਾਂ ਉਹਦੇ ਨਾਲ ਹੀ ਇਹ ਬਹੁਤ ਜ਼ਿਆਦਾ ਵਧੀਆ ਕੰਟਰੋਲ ਹੋ ਜਾਂਦਾ। ਨਹੀਂ ਤਾਂ ਉਸ ਤੋਂ ਜੇਕਰ ਪਾਣੀ ਨਹੀਂ ਲਾਇਆ ਹਜੇ ਤਾਂ ਆਪਾਂ ਜਿਹੜੀ ਪਰਫਿਨੋਫੋਸ ਆ ਉਹਦੀ ਸਪਰੇਅ ਕਰ ਸਕਦੇ ਹਾਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ, ਅਤੇ ਬੜਾ ਵਧੀਆ ਉਹਦਾ ਰਿਜ਼ਲਟ ਹੈ। ਪਰ ਇੱਥੇ ਮੈਂ ਕੁਛ ਕਿਸਾਨ ਭਰਾਵਾਂ ਨੂੰ ਕਹਿ ਦੇਣਾ ਚਾਹੁੰਦਾ ਵੀ ਜੇਕਰ ਆਪਣੇ ਥ੍ਰਿਪ ਦੇ ਨਾਲ ਨਾਲ ਜੂੰ ਜਿਹਨੂੰ ਆਪਾਂ ਕਹਿੰਦੇ ਉਹਦੇ ਨਾਲ ਨਾਲ ਜੇਕਰ ਚਿੱਟੀ ਮੱਖੀ ਦਾ ਵੀ ਕੁਛ ਹਮਲਾ ਹੈਗਾ, ਇੱਕ ਪੱਤੇ 'ਤੇ ਜੇਕਰ ਆਪਾਂ ਨੂੰ 6 ਤੋਂ ਵੱਧ ਚਿੱਟੀ ਮੱਖੀ ਨਜ਼ਰ ਆਉਂਦੀ ਹੈ ਤਾਂ ਉਹਦੇ ਵਿੱਚ ਆਪਾਂ ਇਹਨੂੰ ਇਥੋਂ ਦੀ ਸਪਰੇਅ ਕਰ ਸਕਦੇ ਹਾਂ 800 ml ਪ੍ਰਤੀ ਏਕੜ ਦੇ ਹਿਸਾਬ ਨਾਲ। ਇਥੋਂ ਜਿਹੜੀ ਹੈਗੀ ਉਹ ਜੂਨ ਨੂੰ ਵੀ ਕੰਟਰੋਲ ਕਰੂਗੀ ਅਤੇ ਆਪਣੇ ਜਿਹੜੇ ਵਾਈਟ ਫਲਾਈ ਨੂੰ ਵੀ ਕੰਟਰੋਲ ਕਰੂਗੀ। ਜੇਕਰ ਆਪਣਾ ਨਰਮਾ ਬਿਲਕੁਲ ਵਧੀਆ ਕੱਦ ਲੈ ਚੁੱਕਾ ਹੈ, ਜਿਵੇਂ ਆਪਾਂ ਹੁਣ ਦੇਖ ਰਹੇ ਹਾਂ ਲਗਭਗ ਇਹਦਾ 6.5 ਫੁੱਟ ਦਾ ਕੱਦ ਹੋ ਗਿਆ, ਤਾਂ ਇਹਦੇ ਇਸ ਦਰਮਿਆਨ ਜੇਕਰ ਆਪਣੇ ਜੂਨ ਦਾ ਹਮਲਾ ਹੁੰਦਾ ਨਾਲ ਚਿੱਟੇ ਮੱਛਰ ਦਾ ਹਮਲਾ ਹੁੰਦਾ, ਆਰਥਿਕ ਗਾਰ ਤੋਂ ਦੋਨਾਂ ਦੀ ਜਿਹੜੀ ਮਾਤਰਾ ਉੱਪਰ ਜਾਂਦੀ ਹੈ, ਤਾਂ ਆਪਾਂ ਇਹਦੇ ਵਿੱਚ ਪੋਲੋ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹਾਂ। ਪੋਲੋ ਵੀ ਜੂੰ ਦੇ ਨਾਲ ਨਾਲ ਜਿਹੜਾ ਚਿੱਟੇ ਮੱਛਰ ਉੱਤੇ ਕੰਟਰੋਲ ਕਰੂਗੀ। ਜੇਕਰ ਆਪਣੀ ਫਸਲ ਦੇ ਵਿੱਚ ਚਿੱਟੇ ਮੱਛਰ ਦੇ ਨਾਲ ਨਾਲ ਹਰੇ ਤੇਲੇ ਦਾ ਹਮਲਾ ਹੁੰਦਾ ਤਾਂ ਉਹਦੇ ਵਿੱਚ ਆਪਾਂ ਨੂੰ ਉਲਾਲਾ ਅਤੇ ਅਸ਼ੀਨ ਦੋ ਦਵਾਈਆਂ, ਉਲਾਲਾ 80 ਗ੍ਰਾਮ, ਅਸ਼ੀਨ 60 ਗ੍ਰਾਮ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਸਪਰੇਅ ਕਰੀਏ। ਹਰਾ ਤੇਲਾ ਦੇ ਨਾਲ 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 ਜੇ ਚਿੱਟਾ ਮੱਛਰ ਆ ਉਹ ਵੀ ਬਹੁਤ ਵਧੀਆ ਕੰਟਰੋਲ ਹੋ ਜਾਂਦਾ। ਬਾਕੀ ਇਸ ਵਾਰ ਆਪਾਂ ਵੇਖਦੇ ਹਾਂ ਵੀ ਨਰਮੇ ਦੀ ਫਸਲ ਬਹੁਤ ਵਧੀਆ, ਵੇਖੋ ਬੜੇ ਵਧੀਆ ਟਿੰਡੇ ਲਗਭਗ ਬਣ ਚੁੱਕੇ ਹੈ, ਅਤੇ ਮੈਂ ਇਹੀ ਆਸ ਕਰਦਾ ਵੀ ਕਿਸਾਨ ਵੀਰ ਇਹ ਜਿਹੜੀ ਆਪਣੀ ਚਿੱਟੀ ਖੇਤ ਸੋਨੇ ਦੀ ਖੇਤੀ ਸੀਗੀ ਉਹਨੂੰ ਦੁਬਾਰਾ ਫਿਰ ਬਹਾਲ ਹੋਵੇ ਅਤੇ ਬਹੁਤ ਵਧੀਆ ਰਹੇ। ਧੰਨਵਾਦ। अगर आपको ये वीडियो पसंद आए तो लाइक करें, शेयर करें और सब्सक्राइब करें बिगहाट इंडिया चैनल को।